ਜੀ ਅਸਲਾਮ ਅਲੈਕੁਮ ਸਾਰੇ ਵੇਖਣ ਵਾਲਿਆਂ ਨੂੰ ਵੈਲਕਮ। ਫਿਰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੀ ਹੋਵੋਗੇ ਅਤੇ ਅੱਜ ਅਸੀਂ ਆਪਣੇ ਨਵੇਂ 20 ਲੋਕ ਨਾਲ ਹਾਜ਼ਰ ਹੁੰਦੇ ਹਾਂ। ਅੱਜ ਮੇਰਾ ਦਿਲ ਇੱਕ ਖਾਣੇ ਵਾਲਾ ਵੀਡੀਓ ਮੈਂ ਬਣਾਵਾਂ, ਕਿਉਂਕਿ ਤੁਹਾਨੂੰ ਪਤਾ ਮੈਂ ਬਾਜ਼ੂ ਘਰ ਰਿਸੈਪਟ ਵੀ ਨੇ ਜਿਹੜੀਆਂ ਉਹ ਵੀ ਲਾਉਂਦਾ ਇੰਟਰਨੈਟ 'ਤੇ, ਅਤੇ ਉਹਦੇ ਵਾਸਤੇ ਹੁਣ ਪਹਿਲਾਂ ਮੈਂ ਸਾਰਿਆਂ ਤੋਂ ਆਪਣਾ ਸਟੂਡੀਓ ਆਨ ਕਰਨ ਲੱਗਾ। ਅਤੇ ਆ ਜਾਓ ਅੱਜ ਫਿਰ ਤੁਹਾਨੂੰ ਵਿਖਾਉਂਦੇ ਹਾਂ ਮੈਂ ਆਪਣਾ ਸਟੂਡੀਓ, ਲਾਈਟਾਂ ਸ਼ਾਈਟਾਂ ਜਿਹੜੀਆਂ ਉਹ ਕਿਸ ਤਰ੍ਹਾਂ ਆਨ ਕਰੀਦੀਆਂ ਆਪਣੀਆਂ ਨੇ। ਆ ਜਾਓ ਸਟੈਪ ਬਾਏ ਸਟੈਪ ਆ ਜਾਓ। ਲਓ ਜੀ, ਉਹ ਜੀ ਕੋਣ ਕਹਿੰਦੇ ਹੁੰਦੇ ਨੇ ਖੁੱਲ ਜਾ ਸਮ ਸਮ, ਡੱਬਾ ਖੋਲੀਏ ਆਪਣਾ, ਲਾਈਟਾਂ ਰਹੇ ਨਾਲ ਕਹਿ ਲਓ ਕਿ ਸਾਡੇ ਉਹ ਲਾਈਟਾਂ ਜੋ ਨਹੀਂ ਲਾਈਦੇ ਜਿਹੜੇ ਜਿਹੜੇ ਖਿਲਾਰਦੇ ਨੇ ਲਾਈਟਾਂ। ਚਲੋ ਫਿਰ ਸਾਰਿਆਂ ਤੋਂ ਪਹਿਲਾਂ ਜਿਹੜਾ ਉਹ ਤਾਂ ਫਿਰ ਚਾਹੀਦਾ। ਲਓ ਜੀ, ਰੱਫੜ ਢੇਰ ਹੀ ਹੁੰਦਾ ਹੈ ਕਿ ਵੀਡੀਓ ਬਣਾਉਣ ਵਾਲੇ, ਤਾਂ ਹੀ ਤੁਹਾਡੇ ਵੀਡੀਓ ਨਹੀਂ ਨਾ ਬਣਾਉਣ ਹੁੰਦਾ, ਵੇਖ ਲੱਗਦਾ ਕੋਈ ਨਹੀਂ, ਰਾਤੀ ਕੰਮ ਹੀ ਕਰਕੇ ਆਉਣਾ ਹੁੰਦਾ ਅਤੇ ਦਿਹਾੜੀ ਫਿਰ ਇੱਥੇ ਕਹਿ ਲੋਕ ਵੀਡੀਓ ਬਣਾਉਣਾ ਹੋਵੇ ਤਾਂ ਟਾਈਮ ਬੜਾ ਲੱਗਦਾ ਹੈ। ਅਤੇ ਅੱਗੋਂ ਮੇਰੇ ਕੈਮਰਾਮੈਨ ਨੇ ਜਿਹੜੇ ਇਹ ਵੀ ਸਕੂਲ ਗਏ ਹੁੰਦੇ ਨੇ, ਕੋਈ ਇੱਕ ਰੱਫੜ ਤਾਂ ਨਹੀਂ ਨਾ, ਇਹਨੂੰ ਆਪਣੇ ਕੱਦ ਜਾਡਾ ਹੀ ਨਾ ਰੱਖ ਲਾਂ ਇਤਨਾ ਕੁ ਸਾਰੇ। ਲੋ ਜੀ ਹੋ ਗਿਆ, ਇਹਦੀਆਂ ਅਲੱਗ ਤਾਰਾਂ ਜਿਹੜਾ ਇਹਨੂੰ ਭਰਿਆ, ਇਹਨੂੰ ਮੈਂ ਟਾਈਟ ਕੀਤਾ, ਅੱਗੋਂ ਇਹਨੂੰ ਖੋਲੀਏ। ਓਏ ਖੁੱਲ ਜਾ ਤੂੰ ਵੀ ਕਰਮਾ ਲਿਆ। ਲਓ ਜੀ ਇਹ ਵੀ ਹੋ ਗਿਆ, ਇਹਦੇ ਵਿੱਚ ਹੁਣ ਫਿਰ ਆਪਣਾ ਬਲਬ ਲਾਈਏ। ਬਲਬ ਏਡੇ ਏਡੇ ਨਹੀਂ ਮੇਰੇ ਸਿਰ ਏਡੇ ਏਡੇ ਤੇ ਬਲਬ ਨੇ, ਪਰ ਬਲਬ ਬਲਦਾ ਤਾਂ ਫਿਰ ਮੇਰਾ ਵੀ ਹੈ ਹੀ ਹੈ, ਕਿਸੇ ਕਿਸੇ ਵੇਖ ਲੈ, ਵੇਖ ਲੈ ਜੇ ਇਹਦੇ ਵਿੱਚ ਹੁਣ ਇਹਦੇ 'ਚ ਕਿਤਨਾ ਫਰਕ ਹੈ, ਦੋਵੇਂ ਬਲਦੇ ਨੇ। ਲਾਈਟਾਂ ਵੀ ਲੱਗ ਗਈਆਂ, ਇਹ ਦੇ ਕੇ ਫਿਰ ਲਾਉਂਦਾ ਹੁੰਦਾ ਮੈਂ ਤਾਂ ਕਿ ਉਹ ਲਾਈਟ ਜਿਹੜੀ ਉਹ ਜ਼ਰਾ ਸਫੈਦ ਸਫੈਦ ਆਉਂਦੀ ਹੈ, ਸੁਰਖ ਲਾਈਟ ਨਹੀਂ ਆਉਂਦੀ। ਵੈਸੇ ਵੀ ਲਾਈਟ ਹੈ ਲੇਕਿਨ ਉਹ ਚਿੱਟੀ ਹੈ, ਲੇਕਿਨ ਇਹਦੇ ਨਾਲ ਬੜਾ ਫਰਕ ਪੈਂਦਾ, ਉਹ ਯਾਨੀ ਉਹ ਸ਼ਾਰਪ ਨਹੀਂ ਰਹਿੰਦੀ, ਡੇ ਲਾਈਟ ਵਾਲਾ ਹਿਸਾਬ ਹੋ ਜਾਂਦਾ। ਲੋ ਹੁਣ ਇਹਨੂੰ ਆਨ ਕਰਕੇ ਚੱਕਲ, ਇਹਦਾ ਜ਼ਾਵੀਆ ਜ਼ੁਗਿਆ ਜਿਹੜਾ ਉਹ ਫਿਰ ਮੈਂ ਬਦਲ ਲੈਂਦਾ ਹੁੰਦਾ ਜਿੱਥੇ ਰੱਖਣਾ ਹੋਵੇ, ਕਿਉਂਕਿ ਤਾਂ ਲਾਈਟ ਜਿਹੜੀ ਹੈ ਹੁੰਦੀ ਰਹਿੰਦੀ ਹੈ। ਇਹਨੂੰ ਸੁੱਚ ਵਿੱਚ ਵੀ ਲਾ ਲਿਆ, ਵੇਖਿਓ ਹੁਣ ਤੁਸੀਂ, ਤੁਹਾਨੂੰ ਮੇਰਾ ਚਿਹਰਾ ਕਹਿੰਦਾ ਨਜ਼ਰ ਆਉਣ ਲੱਗਾ, ਹੁਣ ਤਾਂ ਸ਼ਾਹ ਕਾਲਾ ਪਿਆ ਦਿਸਦਾ ਹੈ ਨਾ, ਤੂੰ ਹੁਣ ਵੇਖਿਓ ਨੂਰ ਆਉਣ ਲੱਗਾ, ਸੁਣਾ ਰੋਸ਼ਨੀ ਪਈ ਨਹੀਂ, ਅਤੇ ਹੁਣ ਵੇਖੋ ਉਹ ਲਾਈਟ ਸਹੀ ਹੈ, ਕਿਹਾ ਲਾਈਟ ਸਹੀ ਹੈ ਸਾਡੇ, ਕਿਉਂਕਿ ਲਾਈਟ ਦਾ ਬੜਾ ਫਰਕ ਹੁੰਦਾ ਹੁੰਦਾ, ਤਾਂ ਫਿਰ ਇੱਕ ਸਾਈਡ ਤੋਂ ਲਾਈਟ ਜ਼ਿਆਦਾ ਅਤੇ ਘੱਟ, ਇਸ ਵਾਸਤੇ ਪਹਿਲਾਂ ਹੁਣ ਮੈਂ ਪਰਦੇ ਬੰਦ ਕਰ ਲਾ, ਕਿਉਂਕਿ ਫਿਰ ਫਿਲਮ ਨਹੀਂ ਸਹੀ ਲੱਗਦੀ। ਇਹ ਵੀ ਇਹਨੂੰ ਵੀ ਬੰਦ ਕੀਤਾ, ਇਹ ਗੁੱਪ ਹਨੇਰਾ ਹੋ ਚੱਲਿਆ ਜਿਹਨੂੰ ਕਹਿੰਦੇ ਹਾਂ। ਲਓ ਜੀ
ਇਹ ਹਨੇਰਾ ਹੋ ਗਿਆ ਤੇ ਹੁਣ ਇਹ ਜਿਹੜੀ ਲਾਈਟ ਹੈ ਇਹਨੂੰ ਬਾਲ ਲੈਂਦੇ ਹਾਂ ਤਾਂ ਕਿ ਥੋੜ੍ਹੀ ਜਿਹੀ ਜ਼ਰਾ ਲਾਈਟਿੰਗ ਸਹੀ ਹੋਵੇ। ਬਾਕੀ ਨੇ ਜਿਹੜੀਆਂ ਬਾਕੀ ਫਿਰ ਹੁਣ ਦੋ ਖੰਭੇ ਜਿਹੜੇ ਰਹਿ ਗਏ ਨੇ, ਦੋ ਖੰਭੇ ਵੀ ਹੁਣ ਮੈਂ ਤਿਆਰ ਕਰਨਾ। ਲਾਈਟਿੰਗ ਸਾਡੀ ਫਿਰ ਤਿਆਰ ਹੈ। ਨਾਲ ਨਾਲ ਕਹਿੰਦੇ ਬੋਲਣਾ ਵੀ ਚਾਹੀਦਾ ਫਲੋਗ ਵਾਲਿਆਂ ਨੂੰ। ਔਰ ਅਸੀਂ ਕਿਹੜਾ ਫਿਰ ਇਮਰਾਨ ਖਾਨ ਦੀ ਤਕਰੀਰ ਇਹਨਾਂ ਨੂੰ ਦੱਸਣੀ ਕਰਕੇ ਜਾਂ ਉਹਦਾ ਤਜ਼ੀਆ ਕਰਨਾ। ਅਸੀਂ ਆਪਣੇ ਸਟੂਡੀਓ ਲਾਉਂਦੇ ਹਾਂ ਆਪਣੇ ਇਹ ਤਰੇਵੇ ਜਿਹੜੇ ਨੇ, ਤਰੇਵੇ ਹੁਣ ਮੈਂ ਆਪਣੇ ਖੰਭੇ ਤਿਆਰ ਕਰਨੇ ਨੇ ਤੇ ਤਰੇਵੇ ਖੰਭੇ ਤਿਆਰ ਕਰਕੇ ਤੇ ਫਿਰ ਇਹਨਾਂ ਨੂੰ ਆਪਣੇ ਕਿਚਨ ਦੇ ਦੁਆਲੇ ਸੈੱਟ ਸੂਟ ਕਰਨਾ ਹੁੰਦਾ ਵਾ ਕਿਤੇ ਸਾਡੀ ਮੇਰੀ ਟਿੰਡ ਲਿਸ਼ਕਦੀ ਹੈ। ਕਹਿਣ ਦਾ ਮਤਲਬ ਖਾਣਾ ਕਿਤੇ ਸਹੀ ਨਜ਼ਰ ਆਉਂਦਾ ਹੈ। ਲਓ ਜੀ ਇਹ ਵੀ ਡਨ ਹੋ ਗਿਆ, ਇਹਨੂੰ ਸੂਚੇ ਚਲਾਉਂਦੇ ਹਾਂ ਤੇ ਠੀਕ ਹੈ ਠੀਕ ਹੈ। ਇੱਥੇ ਧਰ ਲੈਂਦੇ ਹਾਂ, ਇਹ ਨਹੀਂ ਬਲਿਆ ਇਹਨੂੰ ਕੀ ਹੋ ਗਿਆ ਉਸ ਜਿਹਾ ਵੇਖ ਲਿਆ ਜੇ ਹੁਣ ਸੋਚ ਆ ਨਹੀਂ ਕਰਨਾ ਤੇ ਬਲਣਾ ਹੀ ਦਿਮਾਗ ਸਿਰੀ ਨਾਲ ਹੈ ਲੈ ਬਲ ਪਿਆ ਵੀ। ਲਓ ਜੀ ਹੁਣ ਆਖਰੀ ਵੀ ਲਾ ਲਈਏ ਤੇ ਫਿਰ ਦੂਸਰੇ ਚੈਪਟਰ ਮਿਲਦੇ ਹਾਂ ਤੁਹਾਨੂੰ। ਲਓ ਜੀ ਆਖਰੀ ਵੀ ਲਾਈਟ ਲੱਗ ਗਈ ਇਹਨੂੰ ਇੱਕ ਤਾਂ ਮੈਂ ਸੋਚ ਨਹੀਂ ਪਾ ਰਹਿੰਦੇ ਚੇਤਾ ਹੈ ਲੈ ਕਟੇਕ। ਲਓ ਜੀ ਲਾਈਟਾਂ ਆਨ ਹੋ ਗਈਆਂ ਤਾਂ ਹੁਣ ਫਿਰ ਜ਼ਾਹਿਰ ਮੈਂ ਫਿਰ ਦੂਜੀ ਸਾਈਡ 'ਤੇ ਖਲੋਣਾ ਹੁੰਦਾ ਆ ਜਾ ਇਹਦੀ ਲੋੜ ਕੋਈ ਨਹੀਂ ਇਹਨੂੰ ਸਾਈਡ 'ਤੇ ਕਰ ਛੱਡਣੇ ਆ ਇਹਨੂੰ ਇੱਥੇ ਟੇਬਲ 'ਤੇ ਧਰਨੇ ਅਤੇ ਕਿਉਂਕਿ ਅੱਜ ਮੈਂ ਤਾਂ ਬਣਾਉਣ ਲੱਗਾ ਫਿਰ ਇੱਕ ਕੁਛ ਤਾਂ ਬੜਾ ਪਿਆਰਾ ਜਿਹਾ ਪੀਸ ਮੈਂ ਆਉਂਦੇ ਆ ਕੁਰਸੀ ਨੂੰ ਸਾਈਡ ਕਰੀਏ ਇਹਨੂੰ ਨੇੜੇ ਕਰੀਏ ਕਿਧਰੇ ਅਤੇ ਲਓ ਜੀ ਮੈਂ ਇਹਦੀ ਰਹਿ ਗਈ ਇੱਕ ਇਹਨੂੰ ਵੀ ਚੇਂਜ ਕਰੋ। ਲਓ ਜੀ ਮੇਰਾ ਖਿਆਲ ਹੁਣ ਮੈਂ ਆਪਣੀ ਜਗ੍ਹਾ 'ਤੇ ਮੈਂ ਆ ਨਹੀਂ ਗਿਆ ਵੀਡੀਓ ਆਈ ਇੱਥੇ। ਲਓ ਜੀ ਇਸ ਤਰ੍ਹਾਂ ਹੁਣ ਮੈਂ ਆਪਣਾ ਸਟੂਡੀਓ ਲਾਉਂਦਾ ਹੁੰਦਾ ਅਤੇ ਅੱਗੋਂ ਫਿਰ ਹੁਣ ਮੈਂ ਆਪਣਾ ਅੱਜ ਵੀਡੀਓ ਬਣਾ ਲੱਗਾ ਆਪਣਾ ਖਾਣੇ ਵਾਲਾ ਅਤੇ ਇਹ ਫਿਰ ਹੁਣ ਤੁਸੀਂ ਮੇਰਾ ਖਾਣੇ ਵਾਲਾ ਵੀਡੀਓ ਜਿਹੜਾ ਇਹ ਬਾਅਦ ਫਿਰ ਮੈਂ ਅਪਲੋਡ ਕਰਾਂਗਾ ਅਤੇ ਤੁਸੀਂ ਵੇਖਿਓ ਫਿਰ ਫਲੋਗ ਹੈ ਜਿਹੜਾ ਮੇਰਾ ਜਾਂ 20 ਲੋਕ ਸੱਚ ਮੈਂ ਫਲੋਗ ਕਹਿੰਦਾ ਹੁੰਦਾ ਸਾਡੀ ਡੱਚ ਵਿੱਚ ਫਲੋਗ ਕਹਿੰਦੇ ਨੇ 20 ਲੋਕ ਅੱਜ ਤਾਂ ਜਿਹੜਾ ਇਤਨਾ ਹੀ ਸੀ, ਇਜਾਜ਼ਤ ਦਿਓ ਅਤੇ ਆਉਂਦੇ 20 ਲੋਕ ਤਾਂ ਫਿਰ ਮਿਲਾਂਦੇ ਅਤੇ ਆਉਣ ਵਾਲਾ ਵੀਡੀਓ ਇਨਸ਼ਾਅੱਲਾ ਵੇਖਿਓ ਫਿਰ ਖਾਣੇ ਵਾਲਾ। ਅੱਲਾ ਹਾਫਿਜ਼।